ਹਾਂਜੀ ਬਾਬੇ ਹੋ ਕਿੱਦਾਂ ਸਾਰੇ ਸੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਸੋ ਅੱਜ ਫਿਰ ਕਰਨ ਵੀਰ ਦੇ ਨਾਲ ਐਕਸਰਸਾਈਜ਼ ਲਾਵਾਂਗੇ ਭਾਈ ਹੁਣਾਂ ਦੀ ਬੈਕ ਅੱਜ ਮੇਰੀ ਸ਼ੋਲਡਰ ਆ ਮੈਂ ਲਾ ਲਈ ਆ ਇੱਕ ਸੈੱਟ ਲਾ ਰਿਹਾ ਭਾਈ ਹੁਣ ਲੇਟ ਹੋ ਗਿਆ ਅੱਜ ਲੇਟ ਦਾ ਜੁਰਮਾਨਾ ਜ਼ਰੂਰ ਪਊਗਾ ਸੋ ਅੱਜ ਲਾਉਣੀ ਹੈ ਸ਼ੋਲਡਰ ਵਰਕਆਊਟ ਗੱਲਾਂ ਬਾਤਾਂ ਆਪਾਂ ਬਹੁਤੀਆਂ ਨਹੀਂ ਕਰਨੀਆਂ ਜਦ ਕੋਈ ਟਾਈਮ ਘੱਟ ਆ ਆਪਾਂ ਵਰਕਆਊਟ ਕਰਨੀ ਆ ਤੁਸੀਂ ਸਾਰੀ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਸਕਿਪ ਨਾ ਕਰਿਓ ਸਾਰੀਆਂ ਫੋਰਮ ਜ਼ਰੂਰ ਵੇਖਿਓ ਚਲੋ ਲਾਈਏ ਪ੍ਰੈਸ ਦਾ ਲਾਇਆ ਸੀ ਮੈਂ ਫਸਟ ਸੈੱਟ ਅਤੇ ਆਹ 10 ਦੀ ਆਹ 5 ਦੀ 15 30 ਅਤੇ 50 ਕਿਲੋ 'ਚ ਪਹੁੰਚ ਗਏ ਹਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਅਸੀਂ ਦੋਵਾਂ ਹਫ਼ਤਿਆਂ 'ਚ 80 ਤੱਕ ਜਾਵਾਂਗੇ ਸੋ ਜਿਹੜੇ ਮੇਰੇ ਵੀਰਾਂ ਨੇ ਪਿਛਲਾ ਮੇਰਾ ਵਲੋਗ ਨਹੀਂ ਵੇਖਿਆ ਉਹ ਜ਼ਰੂਰ ਵੇਖਿਓ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਸਕਿਪ ਨਾ ਕਰਿਓ ਲਾਸਟ ਤੱਕ ਵੀਡੀਓ ਜ਼ਰੂਰ ਵੇਖਿਓ ਵਿਹਲੇ ਬੰਦੇ ਘੁੰਮੀ ਜਾਓ ਤੁਸੀਂ ਜਿੰਮ 'ਚ ਵਿਹਲੇ ਵਿਹਲੇ ਵਿਹਲੜ ਵਿਹਲੜ ਚਲਾਇਆ ਸ਼ੋਲਡਰ ਲਈ ਹੈ ਆਹ ਸ਼ੋਲਡਰ ਲਈ ਸ਼ੋਲਡਰ ਲਾਉਣੀ ਸ਼ੋਲਡਰ ਲਾਉਣੀ ਅੱਜ ਆਜਾ
ਸੋ ਜੀ ਇਹ ਸੀਗੀ ਅੱਜ ਦੀ ਆਪਣੀ ਸ਼ੋਲਡਰ ਦੀ ਵੀਡੀਓ ਸੋ ਜਿਹੜੀ ਵੀਰ ਨੂੰ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋ ਇਹ ਭਾਅ ਜੀ ਇੱਕ ਹੋਰ ਜੋ ਰਹੇ ਨੇ ਸਾਡੇ ਨਾਲ ਸੋ ਕੱਲ੍ਹ ਤੋਂ ਇਹਨਾਂ ਨਾਲ ਵੀ ਵਰਕਆਊਟ ਸ਼ੁਰੂ ਕਰਾਂਗੇ ਭਾਈ ਸਾਹਿਬ ਮਾਂ ਜੀ ਅਵਤਾਰ ਸਿੰਘ ਨਾਂ ਆ ਭਾਅ ਜੀ ਦਾ ਸੋ ਕੱਲ੍ਹ ਤੋਂ ਆਪਾਂ ਭਾਅ ਜੀ ਉਹਨਾਂ ਨਾਲ ਵੀ ਜਿੰਮ ਲਾਇਆ ਕਰਾਂਗੇ ਸ਼ੁਰੂ ਕਰਾਂਗੇ ਸੋ ਮੇਰੇ ਵੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਲੇ ਕੰਟੈਂਟ ਦਾ ਅਗਲਾ ਵੀਡੀਓ ਦਾ ਕੰਟੈਂਟ ਜ਼ਰੂਰ ਦੱਸ ਦਿਓ ਸੋ ਜਿਹੜੇ ਹਜੇ ਤੱਕ ਨਾਲ ਜੁੜੇ ਨੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਥੈਂਕ ਯੂ ਸਾਹਿਬ ਮਾਨੋ